चलो काशा तो खेले ही बंदे कोई दुआ सलाम खैर ने यार उदास छोड़िया अस्सलाम वालेकुम बाबा जी। वालेकुम सलाम। क्या हाल चाल? ठीक है। सेहत तबीयत तो ठीक रहती है? बिल्कुल ठीक है जी। अच्छा अपना नाम दसिया? हाजी मोहम्मद बाशवाल, हाजी मोहम्मद रमजान। कौम? कौम खोखर। तुम्हें मैं एक वीडियो भी खाई है, एक समाणी दी जड़ी तू कक्की ना होचो ठीक है गई है। हां ते ओ दसिया है भाई साडे खू हाय द्रोटा खू। हां ते जिथे कक्कड़ के सारे रहंदे हां। हां ते नेड़े ना लगदा है कपूना ला खू बाकी जेड़ा है कोई होर गल पुछण आले तो पुछ सकदे। दौर साडा अस छोटे छोटे होंदे अस हिंदू इत्थे होंदे आ ते नहीं तुहाडे जमाने जेड़े इत्थे कड़के जेड़े हां ककड़ हां वस्ती ककड़ा दे मशहूर आए। हां ते उना दी किसे हिंदू ककड़ नु जान दियो? किसे हिंदू न ककड़ा नाल मेरा कोई वास्ता नहीं। कि छोटे 34 दी पैदाइश है मेरी। ते 34 ते हुन 86 साल हो गए। भाई उसने जेड़ा इंकलाब आया ना, हां हां, सन 47 च मैं 14 साल दा। हां जी ते 14 साल बाद नु ते चंगा भला पता हुंदा है। हां नहीं बस हो जे पासे को। अच्छा जेड़े ਜਿਹੜੇ ਕਪੂਰਾਂ ਲਖੂ ਹੈ ਹਾਂ ਉੱਥੇ ਜਿਹੜੇ ਕਪੂਰ ਰਹਿੰਦੇ ਹਨ ਹਾਂ ਕਿਸੇ ਕਪੂਰ ਦਾ ਨਾਂ ਯਾਦ ਬੰਦਾ ਹੀ ਨਹੀਂ ਨਹੀਂ ਅਸੀਂ ਕਪੂਰ ਸੁਣੇ ਹੋ ਬਸ ਇਹ ਨਹੀਂ ਕਿ ਉਹਨਾਂ ਦੇ ਨਾਲ ਕੋਈ ਵਾਸਤਾ ਨਾ ਹੈ ਦੱਸਦੇ ਵੀ ਜਿਹੜਾ ਕਕੜਾਂ ਦੀ ਵਸਤੀ ਹੈ ਹਾਂ ਉਹਦੇ ਰਾਹ ਜਾਵਣ ਵਿੱਚ ਕਿੱਥੇ ਜਾਣਾ ਬੰਦਾ ਹੈ ਉਹ ਜੀ ਤੁਸੀਂ ਇੰਜ ਕਰੋ ਆਪਣਾ ਦਰਬਾਰ ਜੱਤੀ ਪੀ ਅੱਛਾ ਜੀ ਸੜਕ ਜਾਂਦੀ ਹੈ ਅੱਛਾ ਉੱਥੋਂ ਇੱਕ ਸੜਕੀ ਐਂ ਬੰਦੀ ਪਈ ਐਸਾ ਤੇ ਦਰਬਾਰ ਹੈ ਤੇ ਉਹ ਸੜਕੀ ਅਗਾ ਲੱਗ ਜਾਂਦੀ ਹੈ ਉਹ ਜਾ ਕੇ ਦੇਖ ਲੈ ਤੁਸੀਂ ਉੱਥੇ ਜਾ ਸੋ ਨਾ ਕਿਸੇ ਤੋਂ ਵੀ ਪੁੱਛ ਲੈਣੇ ਬਸਤੀ ਸਦੀਕਾਬਾਦ ਉੱਥੇ ਕਕੜਾ ਦੀ ਬਸਤੀ ਨਾ ਪੁੱਛੇ ਨਾ ਤੈਨੂੰ ਕਹੀਂ ਦੱਸਣੀ ਠੀਕ ਹੈ ਤੇ ਉੱਥੇ ਤੋਂ ਪੁੱਛਣਾ ਸਦੀਕਾਬਾਦ ਸਦੀਕਾਬਾਦ ਬਸਤੀ ਸਦੀਕਾਬਾਦ ਅਕਸਰ ਆਏ ਉੱਥੇ ਜਾ ਕੇ ਮੁੜ ਜਾ ਮਰਜ਼ੀ ਕਹੀਂ ਤੇ ਪੁੱਛਣਾ ਮਗਰ ਇੱਥੇ ਕਹੀਂ ਪਤਾ ਸੋਰ ਕੋਈ ਨਹੀਂ ਆਉਣਾ ਇਹ ਮੁਹਾਜਰਾ 47 ਚ ਹਿੰਦੂ ਵਾਗ ਗਏ ਪਹਿਲੇ ਇਹ ਜੱਤੀ ਪੀਰ ਹੈ ਜੀ ਕੱਕੀ ਨੌ ਦੇ ਵਿੱਚ ਅਤੇ ਇਹ ਮੈਂ ਹੁਣ ਕੱਕੜਾਂ ਵਾਲੀ ਬਸਤੀ ਜਾ ਰਿਹਾ ਜਿਹਨੂੰ ਅੱਜ ਕੱਲ੍ਹ ਸਦੀਕਾਬਾਦ ਆਦੇ ਠੀਕ ਹੈ ਜੀ ਇਸ ਵਕਤ ਮੈਂ ਕੱਕੜਾਂ ਵਾਲੀ ਬਸਤੀ 'ਚ ਮੌਜੂਦ ਹੈ ਜਿਹਦਾ ਅੱਜ ਕੱਲ੍ਹ ਨਾਂ ਸਦੀਕਾਬਾਦ ਹੈ ਅਤੇ ਇੱਥੋਂ ਦੇ ਕਿਸੇ ਬੰਦੇ ਨੇ ਮਿਲ ਕੇ ਪੁੱਛਦੇ ਹਾਂ ਜੀ ਬਈ इस पिंड एक बुजुर्ग ऐसा हो जो पुराने वेले के लोगों के बारे दस सके। वालेकुम सलाम जी। ए हां जी सदीकाबाद ही हुई है ना? हां जी हां जी ठीक है। इत्थे कोई बुढ़े बंदे रहंदे ने? हां जी रहंदे जी। हां जेड़ा तुसी राह देख रहे हो ये जांदा शाबल दी बस्ती। हां जी हां जी ठीक है जी। ते इस वक्त मैं द्रोटे खूह ते मौजूद हां यानी कि एड़ा ਐਡੀ ਜਗ੍ਹਾ ਹੈ ਇਹ ਦਰੋਟੇ ਖੂਹ ਚੰਦੀ ਹੈ ਨਹੀਂ ਜੀ ਉੱਪਰ ਅੱਛਾ ਇਹ ਹੋਇਆ ਕਕੜਾਂ ਦੀ ਬਸਤੀ ਕਕੜਾਂ ਵਾਲੀ ਬਸਤੀ ਤੇ ਇੱਧਰ ਪੈ ਗਈ ਨਹੀਂ ਤੁਸੀਂ ਮੈਨੂੰ ਕਕੜਾਂ ਵਾਲੀ ਬਸਤੀ ਲੈ ਕੇ ਖਾਣੀ ਕਕੜਾਂ ਵਾਲੀ ਬਸਤੀ ਹੈ ਸਰ ਇਹ ਜਿਹੜੇ ਇਹ ਮਕਾਨ ਜਿਹਾ ਪੈਕਲਾ ਹਾਂ ਜੀ ਅੱਛਾ ਅੱਛਾ ਉਹ ਹੀ ਹੋ ਗਿਆ ਨਾ ਸਦੀਕਾਬਾਦ ਪੁਰਾਣਾ ਨਾਮ ਬਸਤੀ ਕੱਕੜਾਂ ਵਾਲੀ ਤੇ ਇਹ ਚਾਦਰੋਟਾ ਚਾਦਰੋਟਾ ਤੇ ਖੂਹ ਜਿਹੜੀ ਡੱਲ ਆਉਂਦੀ ਸੀ ਉਹ ਕਿੱਥੇ ਕਰਕੇ ਹੁੰਦੀ ਸੀ ਡੱਲ ਇੱਥੇ ਕਰਕੇ ਹੁੰਦੀ ਸੀ ਜੀ ਆਹ ਸਾਹਮਣੇ
ਇੱਥੇ ਪਿੱਪਲ ਦਾ ਦਰਖਤ ਹੁੰਦਾ ਸੀ ਅੱਛਾ ਤੇ ਡਲ ਹੁੰਦੀ ਸੀ ਅਸੀਂ ਛੋਟੇ ਛੋਟੇ ਹੁੰਦੇ ਸੀ ਜਦੋਂ ਖੇਡਦੇ ਹੁੰਦੇ ਸੀ ਇੱਥੇ ਗੋਲੀਆਂ ਖੇਡਦੇ ਸੀ ਅਸੀਂ ਅੱਛਾ ਤੇ ਪਿੱਪਲ ਵੀ ਇੱਥੇ ਹੀ ਆ ਹਾਂਜੀ ਪਿੱਪਲ ਵੀ ਇੱਥੇ ਸੀ ਪਿੱਪਲ ਨਾਲ ਪਿੱਪਲ ਸੀ ਡਲ ਹੈ ਸੀ ਇੱਥੇ ਉਹ ਫਿਰ ਬੰਦ ਹੋ ਗਿਆ ਆਸਤੇ ਆਸਤੇ ਤੇ ਖਜੀਆਂ ਤਾਂ ਪੁਰਾਣੀਆਂ ਹੀ ਹੋਣੀਆਂ ਹਾਂਜੀ ਖਜੀਆਂ ਪੁਰਾਣੀਆਂ ਇਹ ਖਜੀਆਂ ਪੁਰਾਣੀਆਂ ਵਾਲੇਕੁਮ ਸਲਾਮ ਅੱਛਾ ਬਾਬਾ ਜੀ ਆਪਣਾ ਨਾਂ ਦੱਸਿਆ ਫੈਜ਼ ਮੰਮਾ ਤੇ ਤੁਹਾਡੇ ਪਿਓ ਦਾ ਨਾਂ ਅਲਾ ਦਿੱਤਾ ਤੇ ਦਾਦੇ ਦਾ ਅਲਾ ਦਿੱਤਾ ਵਾਲ ਸਵਾਰਾ ਸਵਾਰਾ ਕੌਮ ਤੁਹਾਡੀ ਕੁਬਾਰ ਜਿਹੜੇ ਖੂਹ ਤੇ ਬੈਠੇ ਹੋ ਜੀ ਇਹਦਾ ਨਾਂ ਕੀ ਉਸ ਖੂਹ ਤੇ ਬੈਠਿਆ ਸੀ ਅੱਗੇ ਅੱਛਾ ਦਰੁੱਟਾ ਖੂਹ ਅੱਛਾ ਜੀ ਉਸ ਦਰੁੱਟੇ ਖੂਹ ਤੇ ਕੌਣ ਕੌਣ ਰਹਿੰਦੇ ਹਨ ਉਸਲੇ ਕਿਰਾੜ ਹਨ ਜੀ ਹਾਂ ਤੇ ਅਸਾਂ ਵੀ ਆ ਸਕੋ ਚਾਨਣ ਆ ਜੀ ਉਦਾਂ ਹੀ ਰਕਬਾ ਉੱਥੇ ਅਤੇ ਉਹਦਾ ਪੁੱਤਰ ਮਾਲਾ ਤੁਸੀਂ ਬਾਬਾ ਜੀ ਪੁਰਾਣੀਆਂ ਗੱਲਾਂ ਕਰਨੀਆਂ ਨਵੀਆਂ ਗੱਲਾਂ ਦਾ ਕੋਈ ਨਹੀਂ ਕਰਨਾ ਅੱਛਾ ਠੀਕ ਹੈ ਨਾ ਹਾਂ ਕਿ ਹੁਣ ਇਹਦਾ ਨਾਂ ਸਦੀਕਾ ਰੱਖੀ ਗਿਆ ਜਾਂ ਨਹੀਂ ਉਸ ਵੇਲੇ ਕੱਕੜਾ ਵਾਲੀ ਵਸਤੀ ਨਹੀਂ ਦੀ ਆਈ ਅਤੇ ਹੁਣ ਸਦੀਕਾ ਬਾਦ ਮਕਸਦ ਹੈ ਕਿ ਬਈ ਤੁਹਾਡੇ ਕੋਲ ਅਸੀਂ ਪੁਰਾਣੇ ਵੇਲੇ ਦੀਆਂ ਗੱਲਾਂ ਕਰਨੀਆਂ ਤੇ ਪੁਰਾਣੀਆਂ ਗੱਲਾਂ ਕਰਨੀਆਂ ਠੀਕ ਹੈ ਨਾ ਹਾਂ ਘਰ ਆਉਣ ਉੱਥੇ ਕਿਰਾੜਾਂ ਦੇ ਹਾਂ ਕੱਕੜਾਂ ਦੇ ਕੱਕੜਾਂ ਦੇ ਜੀ ਹੋਰ ਵਸਤੀ 8-10 ਘਰ 15 ਹਨ ਕਿਸੇ ਦੇ ਨਾਂ ਯਾਦ ਹੀ ਨਹੀਂ ਕੱਕੜਾਂ ਦੇ ਜੀ ਉਹ ਨਾਂ ਹੈ ਜੀ ਉਹ ਚਾਨਣ ਅਤੇ ਮਾਲਾ ਉਸੇ ਵਸਤੀ ਰਹਿੰਦੇ ਆ ਅਤੇ ਆਸਰਾ ਅਤੇ ਨਾਮ ਨਰੈਣ ਉਹ ਫੌਜ 'ਚ ਆ ਅਤੇ ਆਸਰਾ 8ਵੀਂ ਜਮਾਤ ਪੜ੍ਹਦਾ ਅੱਛਾ ਉਹ ਜ਼ਮਾਨੇ ਤੁਹਾਡੇ ਕੋਲ ਹਿੰਦੂ ਮਾਸਟਰ ਵੀ ਹਨ ਕੋਈ ਚੇਤਾ ਨਹੀਂ ਜੀ ਮੈਂ ਉਸਲੇ ਛੋਟਾ ਜਿਹਾ ਆਮ ਤੇ ਜਾਂਦਾ ਮੈਂ ਕਈ ਦਾ ਹੱਥੇ ਪਤਾ ਨਹੀਂ ਜੀ ਮਾਸਟਰ ਹਿੰਦੂ ਹੈ ਅੱਛਾ ਜਿਹੜਾ ਦਰੁੱਟਾ ਖੂਹ ਹੈ ਜੀ ਆ ਉਹ ਦਰੁੱਟਾ ਖੂਹ ਆ ਉੱਥੇ ਜੀ ਤੇਰਾ ਆਉਂਦੇ ਆ ਸੇ ਆ ਤਾਂ ਹੁਣ ਆ ਕੇ ਰਕਬਾ ਲਿਆ ਤੇ ਉੱਥੇ ਤੁਹਾਡੇ ਬਜ਼ੁਰਗ ਕੀ ਕੰਮ ਕਰਦੇ ਆ ਸਾਡੇ ਬਜ਼ੁਰਗ ਜੀ ਖੇਤੀਬਾੜੀ ਵੀ ਕਰਦੇ ਆ ਤੇ ਭਾਂਡੇ ਬਣਾਉਂਦੇ ਆ ਕੜਾ ਯੂਨੀਵਰਸਿਟੀ ਦੇ ਵਿੱਚ ਉਸਲੇ ਤੁਸੀਂ ਤੁਹਾਡਾ ਘਰ ਆਏ ਜੀ ਆ ਕੁਬਾਰਾਂ ਦਾ ਜੀ ਆ ਹੋਰ ਇੱਥੇ ਕੋਈ ਰਹਿੰਦੇ ਹੁਣ ਹੋਰ ਚੁਮਾਰ ਕੋਈ ਰਹਿੰਦੇ ਹਨ ਨਹੀਂ ਇਹ ਵੀ ਕੁਬਾਰ ਆ ਇਹ ਵੀ ਪਰ ਥੋੜ੍ਹਾ ਜਿਹਾ ਭਾਦੇ ਵਿਚਾਲੇ ਖੂਹਾ ਪਰ ਇਹ ਰਹਿੰਦੇ ਆ ਤੇ ਹੋਰ ਆ ਲੁਹਾਰ ਕੋਈ ਰਹਿੰਦੇ ਹਨ ਉੱਥੇ ਨਹੀਂ ਲੁਹਾਰ ਕੇ ਨਾ ਤਰਖਾਣ ਵੀ ਕੋਈ ਨਾ ਨਹੀਂ ਸਿਰਫ ਉਹਨਾਂ ਕੱਕੜ ਰਹਿੰਦੇ ਹਨ ਜੀ ਆ ਵਸਤੀ ਕੱਕੜ ਆ ਤੇ ਖੂਹ ਦੇ ਉੱਤੇ ਕੁਬਾਰ ਆ ਅੱਛਾ ਜੀ ਆ ਉਹ ਖੂਹ ਜਿਹੜਾ ਹੈ ਨਾ ਰਕਬਾ ਚਾਨਣ ਦਾ ਤੇ ਚੋਖਾ ਰਕਬਾ ਉਹਦਾ ਅੱਲਾ ਜਾਣੇ 8 ਕਿੱਲੇ 10 ਕਿੱਲੇ ਆ ਇਤਨਾ ਤਾਂ ਹਾਈ ਅੱਛਾ ਇਹਦਾ ਖੂਹ ਹੈ ਜੀ ਇਹਦੇ ਜਿਹੜੀ ਮਾਲ ਪਈ ਹੋਈ ਹੈ ਜੀ ਮਾਲ ਪਈ ਹੈ ਲੋਟਿਆਂ ਵਾਲੀ ਕੱਚੀ ਮਾਲ ਜਿਹਨੂੰ ਕਹਿੰਦੇ ਕੱਚੇ ਲੋਟਿਆਂ ਹਾਂ ਕੱਚੇ ਲੋਟੇ ਪੱਕੇ ਹੋਏ ਆ ਵੀ ਪਕਾ ਕੇ ਕੁਬਾਰ ਦਿੰਦੇ ਆ ਅੱਛਾ ਉਹਦਾ ਲੋਟਾ ਹੁੰਦਾ ਉਹ ਕਿਤਨੇ ਸੇਰ ਦਾ ਹੁੰਦਾ ਤਕਰੀਬਨ 3 ਸੇਰ 2.5 ਦਾ ਤੁਸੀਂ ਸ਼ੇਪੀ ਤੇ ਕੰਮ ਕਰਦੇ ਆ ਜੀ ਆ ਤੇ ਉਸ ਲਈ ਇਹ ਦੱਸੋ ਕਿ ਬਈ ਜਦੋਂ ਕੋਈ ਮਾਲ ਦਾ ਲੋਟਾ ਟੁੱਟ ਵੰਜਿਆ ਜੀ ਆ ਤੇ ਤੁਸੀਂ ਇਹ ਹਿਸਾਬ ਕਿਤਾਬ ਸਮਝਿੰਦੇ ਆ ਜੀ ਆ ਤੇ ਕਿਵੇਂ ਕਿਵੇਂ ਲੋਟੇ ਵਟਾ ਕੇ ਦਿੰਦੇ ਆ ਉਹ ਜੀ ਲੋਟਾ ਉਹ ਬੰਨਾ ਬਣੇ ਹੁੰਦਾ ਹਾਂ ਉਹ ਕੁਬਾਰਾਂ ਤੋਂ ਕੋਲ ਲਾਇਆ ਬਣੇ ਲੋਟੇ ਅੱਛਾ ਤੇ ਉਹ ਵਰੀਆਂ ਵਟ ਰਹਿੰਦੇ ਹਨ ਇੰਝ ਤੇ ਐਡੀਆਂ ਸਾਰੀਆਂ ਹੁੰਦੀਆਂ ਵਾਰੀ ਤੋਂ ਉਹਦੇ ਨਾਲ ਬਣਨਾ ਚਾ ਤੇ ਦਾਂਦ ਖਲਾਰ ਕੇ ਤੇ ਉਹ ਮਾਲ ਦੇ ਨਾਲ ਬਣਨਾ ਚਾ ਉਹ ਲੋਟੇ ਟੁੱਟ ਗਏ ਹਾਂ ਤੇ ਤੁਸੀਂ ਉਹਨਾਂ ਨੂੰ ਵੱਟੇ ਤੇ ਜਿਹੜੇ ਲੋਟੇ ਦਿੰਦੇ ਆ ਹਾਂ ਕਿਤਨੇ ਲੋਟੇ ਦਿੰਦੇ ਆ ਤਕਰੀਬਨ ਜੀ 100 ਕਿਲੋਟਾ ਤਾਂ ਮਾਲ ਦੇ ਨਾਲ ਭਜਦੇ ਬਾਈ ਠੀਕ ਹੋ ਗਿਆ ਜੀ ਆ
ਹੁਣ ਮਾਲ ਚਲਦੇ ਚਲਦੇ ਲੋਟੇ ਤਰੁੱਟ ਗਏ ਜੀ ਆ ਹੁਣ ਤੁਸੀਂ ਉਹ ਤਬਦੀਲ ਤਾਂ ਕਰਨੇ ਨਾ ਵਟਾਉਣੇ ਤਾਂ ਹੈ ਨਾ ਜੀ ਆ ਚਾਰ ਲੋਟੇ ਤਰੁੱਟ ਗਏ ਜੀ ਆ ਹੁਣ ਤੁਸੀਂ ਉਹਨੂੰ ਚਾਹੁੰਦੇ ਬੱਲੇ ਚਾਰ ਦਿੰਦੇ ਆ ਜਾਂ ਛੇ ਦਿੰਦੇ ਆ ਜਾਂ ਕਿਤਨੇ ਕੁ ਦਿੰਦੇ ਆ ਤਾਂ ਕਿ ਉਹ ਇਹ ਮੈਂ ਤੁਹਾਨੂੰ ਇਹ ਸਵਾਲ ਕੀਤਾ ਨਹੀਂ ਜੀ ਉਹ ਸਾਨੂੰ ਨਾ ਲੋਟੇ ਦੇਵਣੇ ਕੋਈ 12 ਤੋਂ ਜਿਨ੍ਹਾਂ ਦੇ ਨਾਲ ਬੰਨਾ ਬਣੇ ਹੋਇਆ ਮੁੜ ਸਾਲ ਪਿੱਛੋਂ ਦਾਣੇ ਲੈਂਦੇ ਆ ਅਸੀਂ ਉਹਨਾਂ ਦੇ ਉਹ ਕੁਬਾਰ ਦਾਣੇ ਲੈ ਲੈਂਦੇ ਆ ਤੇ ਤੁਸੀਂ ਆਖਣਾ ਤੁਹਾਡੇ ਬਜ਼ੁਰਗ ਵੀ ਇਹ ਲੋਟਿਆਂ ਦਾ ਕੁਬਾਰਾਂ ਦਾ ਕੰਮ ਕਰਦੇ ਆ ਜੀ ਸਾਡੇ ਬਜ਼ੁਰਗ ਕਰਦੇ ਆ ਉਹੀ ਲੋਟੇ ਛੋਟੇ ਗੜੇਂਦੇ ਆ ਤੇ ਮੁੜ ਆਹ ਵਿੱਚ ਪਕਾਈਂਦੇ ਆ ਤੇ ਮੁੜ ਤੁਸੀਂ ਉਹਨਾਂ ਨੂੰ ਲੋਟੇ ਕਦੇਂਦੇ ਨਾ ਹੈ ਉਹ ਵੱਡੇ ਦਿੰਦੇ ਹਨ ਪਤਾ ਨਹੀਂ ਉਹ ਕਿਵੇਂ ਦਿੰਦੇ ਹਨ ਅੱਲਾ ਜਾਣੇ ਤੇ ਇੱਕ ਤਾਂ ਮੈਨੂੰ ਲੱਗਾ ਪਤਾ ਵੀ ਪਿੱਪਲ ਹੈ ਜੀ ਆ ਪਿੱਪਲ ਆਈ ਉਸ ਉਹ ਡਲ ਦੇ ਵਿੱਚ ਆਈ ਨੇ ਮਾਣ ਦੇ ਉੱਤੇ ਆ ਨਿਸਾਰ ਦਿੰਦੀ ਪਈ ਐ ਤੇ ਆਇਆ ਇੱਥੇ ਪਿੱਪਲ ਆਈ ਇੱਕ ਵਾਰੀ ਮੈਂ ਜਨਾਬ ਲੱਗੀ ਐਂ ਕਰਕੇ ਛੋਟਾ ਜਿਹਾ ਤੇ ਐਂ ਨਿਸਾਰ ਨੂੰ ਨੱਪ ਲਿਆ ਤੇ ਉਹ ਪਿੱਪਲ ਨੂੰ ਐਂ ਕਰਕੇ ਨੱਪ ਕੇ ਤੇ ਬੈਠਾ ਤੇ ਲੱਤਾਂ ਵਿੱਚ ਘੋਦ ਲੜਕਾ ਲਏ ਮੈਨੂੰ ਬਿਰਾ ਬੰਨਾ ਦੋ ਜਨਾਬ ਚਾਟ ਬਾਹਰ ਕੱਢ ਕੇ ਤੇ ਆ ਚਾਟ ਮਾਰੀ ਕਿ ਤੂੰ ਡਾਹੂ ਵਿੱਚ ਜਾ ਪਵਾਂ ਖੂਹ ਮੈਂ ਆ ਕੇ ਸ਼ਾਇਦ ਪਿੱਛੋਂ ਦਿੱਕਤ ਦੇ ਛੋੜਿਓ ਨਾ ਹਾਂ ਠੀਕ ਹੈ ਜੀ ਠੀਕ ਹੋ ਗਿਆ ਜੀ ਅੱਛਾ ਉਸ ਵੇਲੇ ਦੀ ਕੋਈ ਗੱਲ ਸੁਣਾ ਪੁਰਾਣੇ ਵੇਲੇ ਦੀ ਜਿਹੜੇ ਤੁਸੀਂ ਇੱਥੇ ਖੂਹ ਤੇ ਰਹਿੰਦੇ ਆ ਹੋਰ ਕੋਈ ਕਿਰਾਣਾ ਦੇ ਵਾਲੇ ਨਾਲ ਕੋਈ ਗੱਲ ਸੁਣਾ ਕੋਈ ਖਾਸ ਗੱਲ ਨਹੀਂ ਅਸੀਂ ਛੋਟੇ ਛੋਟੇ ਅਸੇ ਸਾਨੂੰ ਪਤਾ ਤਾਂ ਐਡਾ ਕੋਈ ਨਾ ਹੋਇਆ ਤੇ ਇਹੋ ਹੈ ਜੀ ਬਾਈ ਉਹ ਦੁਬਾਰਾ ਸਾਡੇ ਬਾਂਡੇ ਛਾਂਡੇ ਬਣਾਉਂਦੇ ਆ ਤੇ ਉਹ ਗੰਭਾਰ ਵੇਚ ਜਾਂਦੇ ਛਿੱਤ ਜਾਂਦੇ ਆਣ ਬਸ ਅੱਛਾ ਮੈਂ ਤੈਨੂੰ ਨਾ ਇੱਕ ਉੱਥੋਂ ਜਿਹੜੀ ਥੋ ਖੂਹ ਦਰੋਟੇ ਖੂਹ ਤੋਂ ਜਿਹੜੀ ਇੱਕ ਹਿੰਦੂ ਉੱਜੜ ਕੇ ਗਈ ਸਵਾਣੀ ਹਾਂ ਉਸਲੇ ਤਾਂ ਛੇਰ ਆਈ ਹਾਂ ਉਹਦੀ ਮੈਂ ਤੈਨੂੰ ਗੱਲਾਂ ਹੁਣ ਸੁਣਾਈ ਸਾਂ ਇੱਥੋਂ ਅੱਛਾ ਮੁੜ ਉਹ ਜਿਹੜੇ ਬੰਦਿਆਂ ਦੇ ਨਾਂ ਲੈ ਸੀ ਨਾ ਜੇ ਤੂੰ ਉਹਨਾਂ ਨੂੰ ਜਾਣਨਾ ਹੈ ਤਾਂ ਮੁੜ ਤੂੰ ਉਹਨਾਂ ਦੱਸੇ ਕਿ ਬਣਾ ਦੇ ਘਰ ਕਿੱਥੇ ਕਿੱਥੇ ਕਰਕੇ ਹਾਂ ਠੀਕ ਹੈ ਠੀਕ ਹੈ ਠੀਕ ਹੈ ਮੁੜ ਤੂੰ ਮੇਰੇ ਨਾਲ ਜਾਵਣਾ ਹੈ ਜਿੱਥੇ ਉਹਨਾਂ ਦੇ ਘਰਾਂ ਦੀ ਨਿਸ਼ਾਨਦੇਹੀ ਕਰਨੀ ਹੈ ਮੁੜ ਉੱਥੇ ਜਾ ਕੇ ਮੈਂ ਉਹਨਾਂ ਘਰਾਂ ਦੀ ਫਿਲਮ ਬਣਾਈ ਸਾਂ ਅੱਛਾ ਉਹਨਾਂ ਹਿੰਦੂਆਂ ਦਾ ਨਾਂ ਜਿਹੜਾ ਤੂੰ ਦੱਸਿਆ ਸੀ ਪਾਕਿਸਤਾਨ ਵਿੱਚ ਪਾਕਿਸਤਾਨ ਦੇ ਸਿਆਸੀ ਕੱਕੀ ਕਾਟਿਆਂ ਦੀ ਮੇਰੇ ਨੂੰ ਸੁਣੀਂਦੀ ਵੀ ਹੈ ਗੱਲ ਕੱਕਾ ਕੱਕੀ ਕਾਟਿਆਂ ਦੀ ਆਸੇ ਤੇ ਨਾਲ ਸਾਡਾ ਪਿੰਡ ਆਈ ਦਰੁੱਟਾ ਦਰੁੱਟਾ ਪੋ ਇਹ ਕਬੂਲ ਵਾਲਾ ਪੋ ਸਭ ਕਬੂਲ ਰਹਿੰਦੇ ਉੱਥੇ ਤੇ ਜੇ ਦਰੁੱਟਾ ਪੋ ਆਈ ਸਭ ਜਿੱਥੇ ਅਸੀਂ ਰਹਿੰਦੇ ਆਸੇ ਉੱਥੇ ਸਾਰੇ ਕੱਕੜ ਰਹਿੰਦੇ ਆ ਤੇ ਨਾਲ ਆਈ ਕੱਕੀ ਕੱਕੀ ਇਹ ਸਾਰੀਆਂ ਜਾਤਾਂ ਰਹਿੰਦੀਆਂ ਮੁਸਲਮਾਨਾਂ ਦੀਆਂ ਖਾਕੇ ਲੱਖੀ ਤੇ ਬੜੇ ਦੂਰ ਹੁਣ ਮੁੜੇ ਕੋਈ ਪਤਾ ਲੱਗਾ ਖੁਦਾ ਬਾਸ਼ ਦੀ ਸਵਾਣੀ ਆਈ ਤੇ ਆਲਾ ਅੱਲਾ ਬਾਸ਼ ਬਿਰਾ ਦੀ ਸਵਾਣੀ ਆਈ ਮੁੜੇ ਟੱਬਰ ਤਾਂ ਤੁਹਾਡੇ ਨੂੰ ਸਾਰੇ ਤੁਹਾਡੇ ਵੜਕੇ ਜਾਣਦਾ ਤੇ ਤੁਸੀਂ ਮੁੜੇ ਨਾਂ ਦੇ ਵੜਕੇ ਇਹਨਾਂ ਨੂੰ ਜਾਣਦੇ ਉਸ ਜੀ ਆ ਆਪਣੀ ਮਾਂ ਦਾ ਨਾਂ ਦੱਸੋ ਕੁਲਦੀਪ ਜੀ
शांति आ नाने दा नाम ही दसो नाने दा जी है राम नारायण तो मैं जानना आसरे नु जानना मैं आसरा ते राम नारायण नु मैं जानना वो फौज च आई नाम नारायण ते आसरा छोटा है जी हाँ जी होसन वो भी होसन असा छोटे जे अस इतना समझ का ही नहीं रखते अस जी आई थाई एक और मेरी मां मारे गई है बस नन्ने मम्मे सारे फोत हो गए ओ मास्टर के आई मास्टर है कुलदीप जी रा मास्टर आई मेरा नाना मास्टर आई राम अपना शुराम दास कक्कड़ शुराम दास हां जी ठीक है अच्छा ठीक है जी इन आने हुन गाड़ी से मजा त्रे दो त्रे मामे रे एक मासी ते मेरी उठाई वे आई होई आई मेरी मां दा इत्थे आके ब्याह होया उठ जाके दे दिन में हम मरी होनी फिर ओ दा दिमाग तो चल ठीक सिर्फ जहां की निशानदेही करनी है इतना घर हन वो तो पता है घर हो नवे बन गए या पक्के बन गए जी खूह निशान तुम दसे खूह टोर नहीं सकी कम नहीं गल कर जरा नाम नारायण बस्ती च आए सैनी और मकान आई नाम नारायण फौज च आई आसरा ओद बिरा छोटा पढ़ता पिछे जाके मास्टर लगा जरा चानन हां ना महला उस खूह ते वाही आई रुट्टे ते उन्हां दी चक्की लगी हुई चक्की लाई हुई उठाई खूह प्यो लुकमान अपना नाम दस्सी मम्मा दा करम जी बाप दा नाम लुकमान है जी कौन कुबार जी
पोत्र मिसाल जी साबे आई मेरी चाची आई इन्होंने समय भरजाई लगी जी पिछले चुहान जी आप पास साबे जी साड़ी चाची आई जी भागन चाची अलाबाई के घर आई जी ਹੁਣ ਮੈਂ ਕੋਈ ਜਨਾਬ ਸਲਾਮ ਦੁਆ ਦੇਣੀ ਨੇ ਤੇ ਦੇ ਲੋ ਵਾਗ ਵਿੱਚ ਸਲਾਮ ਦਾ ਉਹਨਾਂ ਦੇ ਕੋਲ ਉਹ ਜਿਹੜੀ ਮੁੱਢ ਜਿਹੜੀ ਥੋਂ ਉੱਜੜ ਕੇ ਗਈ ਹੈ ਸ਼ਾਂਤੀ 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 ਦਾ ਕੋਈ ਦੁਆ ਸਲਾਮ ਬਖੈਰ ਨੇ ਯਾਰ ਉਦਾਸ ਛੋੜਿਆ ਅੱਛਾ ਚਲੋ ਠੀਕ ਹੈ ਜੀ ਯਾਰ ਇਹ ਜਿਹੜੇ ਮੁੰਬਈ ਗੜੇ ਅੰਦਰ ਆ ਜੀ ਛੋਲੇ ਗੜੇ ਅੰਦਰ ਆ ਜੀ ਸੰਤ ਸਿੰਧਿਆਣ ਵਾਲੇ ਉਹ ਛੋਲਿਆਂ ਦੀ ਗੱਲ ਸੁਣਾ ਉਹ ਮੋੜ ਤਸਵੀਰ ਹੀ ਵੀ कंगाल इंज पी आना जी मकसद वाले संत सिंध आए कंगाल इंज पी आई छोले सा गड्डो कक्की आले सारे मुसलमान जेडे जावे ते ओ जनाब पट पट ते ना ते खावे अखीरी कि ना गल की थोड़े राख जेड़े ने इन्होंने आखियो ने किराड़ा नु इन समझी बी छोले थोड़े नुकसान होंगे पे उन्हें अबे ने सद्या जी बी लुकमान आ ना बई साढ़े तो छोले नुकसान होंगे खाने सू कि बंदे दसिया उसल अबे आखे तुम अं कर दमी नाल आ वजे आए तुथे आते वेख लवे जी रोकने पाए तो रुके सा नहीं तो असा तुम नहीं रुके दी जिसल जो उत्थे आए उन्हें वेख्या तो दुनिया लगी हुई है एक एक बूटे न उसल उन्हें आखिया बी गल भाई लुकमान खावन दे इन्हों तू मिसाल बंदे बाजा बी गया तेरा हाल ही गए बी उन्होंने ही होंगे ना हाथ बी साडा गया हाल तेरे गए रोकना नहीं कई दे पाए अल्लाह की राह दी बारिश वाले जी मैं दसेंद तो छोले इंज हो उठा दियां अब दसे भी कंडा त्रुट गई इं छोला होया दुआ ना ये सानू वाले दस भी इस तरह जनाब के लिए होया जी ते अबे नी मिसाल है साड़ी को तस्वीर ही है जी ए आए जी नहीं ठीक हो गया जी सही मकसद जान दे उसे खलो हो जा हां हुन गल कर ए छुहर जेड़ा मैं ते इस बल के छुटे रे डवसा ते दुआ है पितरे रा मेरा निवास जी जी अने दा बिरा जी निवास पितरे जी ओ गए असे असा शहर च भैया लोटी पई खली ते भजो 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 ओ मोड़े से छुहर छुहर रल्ले के गया से ते उस जंदरा च आ लिया त्रुट होया ते मैं सन्नी च आ लई कोई ए गला है कि हटे हम दे से गुसान पियो वजे इथे जति पिए ते गुस्तान को चलो काश ता खे लई बंदे हो ऐसी नहीं गाल आए सन्नी तो जंदरा लई जा काश ता लई जा काश ता लई बंदे हो अरे मतलब के तोड़ा अब्बा भी मर गयो सी लुटण का ये नहीं अगा शहर गया किराड़ा किराड़न तो बोन ले आए असि आखो कबाणी आला कबरगुस्तान तो अगले पास है अच्छा ते ओ मोड़ ना
ਸਦੀ ਅਸੀ ਅੱਲਾ ਜਾਣੇ ਕੀ ਰਾੜਾ ਬਈ ਅੱਲਾ ਦੀ ਤੌਰਾ ਸਾਡੀ ਗੱਲ ਸੁਣ ਜਾਂ ਕੋਈ ਹਾਂ ਮਾਲ ਮੰਨੀ ਆਈ ਉਹਨਾਂ ਦੇ ਕੋਲ ਢੇਰ ਸਾਰਾ ਉਹ ਮੁੜ ਕਿਸਾਨ ਬਿਰਾ ਆਸਰਾ ਛੋਟਾ ਉਹ ਪੜਦਾ ਸੱਤਵੀਂ ਕੇ ਅੱਠਵੀਂ ਤੇ ਉਹਦੇ ਨਾਲ ਮੈਂ ਪਿਓ ਗਲੇਂਦਾ ਅੱਛਾ ਇੱਥੇ ਕੋਈ ਜੰਡੀ ਵੀ ਹੈ ਜੀ ਆਏ ਔਰ ਜਲਦੀ ਆਈ ਜਿਹਨੂੰ ਹਿੰਦੂ ਬੜੇ ਪੂਜੇਂਦੇ ਹਨ ਜੀ ਹਾਂ ਜੋ ਪੂਜੇਂਦੇ ਹਨ ਕੁੱਲ ਪਿੱਪਲ ਉਹਦੇ ਵਿੱਚ ਕਮ ਸੇ ਕਮ 60 ਦੁਆ ਦਰਖਤ ਆਏ 60-70 ਤੇ ਜੰਡ ਤੇ ਪਿੱਪਲ ਬਸ ਅੱਛਾ ਤੇ ਚਗਰਦ ਘੱਟ ਆਏ ਛੋਟੀ ਛੋਟੀ ਅੱਛਾ ਤੇ ਉਹਨੂੰ ਕਿਰਾੜ ਪੂਜੇਂਦੇ ਹਨ ਅੱਛਾ ਤੇ ਧਰਮਸ਼ਾਲ ਵੀ ਹੈ ਧਰਮਸ਼ਾਲ ਉਹਨਾਂ ਦੀ ਕਿਰਾੜਾਂ ਦੇ ਕੋਈ ਉਸੇ ਮੈਂ ਨਹੀਂ ਕੋਣ ਕਾ ਕੀ ਉਹ ਬਾਜ਼ਾਰ ਇੱਥੇ ਆਈ ਉਹ ਤੁਹਾਨੂੰ ਉਹਦਾ ਨਹੀਂ ਪਤਾ ਨਹੀਂ ਮੈਂ ਕੋਣ ਸਿਰ ਜੰਡੀ ਦਾ ਪਤਾ ਜੰਡੀ ਦਾ ਪਤਾ ਅੱਛਾ ਇਹ ਜਿਹੜਾ ਹੁਣ ਜੱਤੀ ਪੀਰ ਦਾ ਦਰਬਾਰ ਬਣਿਆ ਖਲੋਤਾ ਹੁਣ ਇਸ ਲਈ ਹਾਂ ਉਹ ਪਾਕਿਸਤਾਨ ਬਣਨ ਤੋਂ ਪਹਿਲਾਂ ਵੀ ਇਹ ਬਣੇ ਹੋਇਆ ਇਹ ਪਿੱਛੇ ਬਣਿਆ ਨਹੀਂ ਇਹ ਪਿੱਛੇ ਇਹ ਤਰ੍ਹਾਂ ਆਈ ਪਿੱਛੇ ਬਣਿਆ ਆਇਆ ਨੇ ਪਹਿਲੇ ਹਾਏ ਕਬਰ ਹੋਰ ਚਗਰ ਦੋ ਉੱਤੋਂ ਮਕਾਨ ਸ਼ਕਾਨ ਕੋਈ ਠੀਕ ਹੋ ਗਿਆ ਜੀ ਹਾਂ ਅੱਛਾ ਉਹ ਤਾਂ ਚਲੋ ਹੋ ਗਿਆ ਤੇ ਜਿਹੜੇ ਤੁਹਾਡੇ ਇੱਥੋਂ ਮੁੜ ਹਿੰਦੂ ਰਹਿੰਦੇ ਹਨ ਇਸ ਖੂਹ ਤੇ ਦੁਰੱਟੇ ਖੂਹ ਤੇ ਜੀ ਆ ਇਹਨਾਂ ਦੇ ਨਾਲ ਮੁਕਿਆ ਬਣੀ ਇਹ ਜੀ ਉਹ ਮੁੜ ਗਦਰ ਪਿਆ ਤੇ ਸਨ ਸੰਧਾਲੀ ਇਹ ਚ ਦਸੇਂਦੇ ਹਨ ਨਾ ਵੱਡੇ ਵੀ ਤੇ ਉਹ ਮੁੜ ਵਗ ਗਏ ਬਾਈ ਚਲੋ ਹਿੰਦੁਸਤਾਨ ਚੱਲੀਏ ਤੇ ਉਦੋਂ ਦੇ ਮੁਸਲਮਾਨ ਇੱਥੇ ਆਵੇ ਸੀ ਨਹੀਂ ਇਹ ਅਮਨ ਅਮਾਨ ਨਾਲ ਵਗ ਗਿਆ ਨਹੀਂ ਕਿ ਇਹਨਾਂ ਨੂੰ ਲੁੱਟੇ ਛੁੱਟੇ ਤਾਂ ਕੋਈ ਨਾ ਨਹੀਂ ਨਹੀਂ ਅਮਨ ਅਮਾਨ ਨਾਲ ਗਏ ਅੱਛਾ ਹਾਂ ਮੁੜ ਉਹ ਖਤ ਗਲੇਂਦੇ ਹਨ ਨਾ ਉਹ ਮੁੜ ਪੁੱਛਦੇ ਹਨ ਸਾਡੇ ਕੋਲੋਂ ਬਾਈ ਉਹ ਜਿਹੜੀ ਖਾਡੇ ਦੇ ਨਾਲ ਫਲਾਣੀ ਖੱਜੀ ਹੁੰਦੀ ਆ ਉਹ ਖਲੀ ਕਿ ਪਟੀ ਗਈ ਹੈ ਉਹ ਬਿਰਾ ਮੇਰੇ ਦੱਸਿੰਦੇ ਆ ਬਈ ਉਹ ਖੱਜੀ ਖਲੋਤੀ ਹਾਲੇ ਤਾਂ ਸਾਬੇ ਸਬੂਤ ਅੱਲਾ ਜਾਣੇ ਉੱਥੇ ਦੀ ਕਾਸ਼ਾ ਪੂਰੀ ਹੋਈ ਉਸਨੇ ਜਾਂ ਕੀ ਆਈ ਅੱਛਾ ਉਸ ਲਈ ਇੱਥੋਂ ਦਾ ਕੱਕੀ ਕਾਠੀਆਂ ਦੇ ਜ਼ੈਲਦਾਰ ਕੌਣ ਹੁੰਦਾ ਜਾਂ ਰਈਸ ਜਿਹਨੂੰ ਆਦੇ ਵੱਡਾ ਜਿਹੜਾ ਸਭ ਤੋਂ ਵੱਡਾ ਮੀਆਂ ਮਨਜ਼ੂਰ ਆ ਉਹ ਸੁਣੀ ਇਹਨਾਂ ਨੂੰ ਬੜਾ ਬਚਾਇਆ ਹੈ ਜੀ ਉਸ ਬਚਾਇਆ ਆਈਏ ਤੇਰਾ ਜੋ ਮਤਲਬ ਇਹ ਉਹ ਹਿੰਦੁਸਤਾਨ ਅਤੇ ਪਾਕਿਸਤਾਨ ਦੋਵਾਂ ਮੁਲਕਾਂ ਦੇ ਵਿੱਚ ਉਹ ਬਦਮਾਸ਼ ਆ ਅਤੇ ਉਹਦਾ ਵੀ ਮਤਲਬ ਅਸਾਂ ਕੋਲ ਫਤਿਹ ਜਿਹਾ ਵੀ ਆ ਨਾ ਪਿੱਛੇ ਜਿੱਦਾਂ ਕਿਰਾੜ ਵਗ ਗਏ ਤਾਂ ਅਸੀਂ ਬੁਣ ਗੜੇਂਦੇ ਅਸੀਂ ਅਤੇ ਉੱਤੋਂ ਮੁੜ ਦੂਆ ਬੰਦਾ ਆ ਕੇ ਦਰਖਾਸਤ ਦਿੰਦਾ ਬਈ ਆ ਰਕਬਾ ਮੇਰਾ ਮੈਂ ਅਲਾਟ ਕਰਾਇਆ ਤਾਂ ਅਸਾਂ ਮੁੜ ਪੁਲਿਸ ਆਵਿਆ ਫੜ ਲਿਆ ਸਾਨੂੰ ਵੱਡਿਆਂ ਬਿਰਾਵਾਂ ਮੇਰਿਆਂ ਨੂੰ ਅਤੇ ਅਸਾਂ ਮੁੜ ਇੱਥੋਂ ਵੱਜਿਆ ਮੈਂ ਛੋਟਾ ਜਿਹਾ ਹੁੰਦਾ ਮੈਂ ਵੱਜਾ ਮੀਂਹ ਮਨਜ਼ੂਰ ਦੇ ਪੁੱਤਰ ਨਿਭਾਦਾ ਮੇਰੇ ਰਲੇ ਪੜਦਾ ਦੂਜੀ ਜਮਾਤ ਤ੍ਰੀਏ 'ਚੋਂ ਹਟ ਗਿਆ ਉਹਨੂੰ ਆਖਣਾ ਜਾ ਉਸ ਘੋੜੇ 'ਤੇ ਚੜ੍ਹਨਾ ਅਤੇ ਜਾ ਕੇ ਆਖਣਾ ਹੋਏ ਥਾਣਾਦਾਰ ਮੇਰੇ ਬੰਦੇ ਫਾਦ ਲਿਆਇਓ ਥਾਣਾਦਾਰ ਆਖਣਾ ਆ ਜੀ ਮਾਫ਼ੀ ਦਿਓ ਸਾਨੂੰ ਪਤਾ ਨਾ ਆਈ ਜੀ ਤੁਹਾਡੇ ਬੰਦੇ ਉਹਦਾ ਪੋਥਰ ਮੋੜ ਫਤਿਹ ਸ਼ੇਰ ਆ ਉਹ ਵੀ ਚਾਹੁੰਦਾ ਰਿਹਾ ਅੱਛਾ ਤੁਸੀਂ ਆ ਕੇ ਤੁਸੀਂ ਸਕੂਲ ਪੜ੍ਹਦੇ ਰਹੇ ਹਾਂਜੀ ਕਿਤੇ ਤਾਂ ਪੜ੍ਹੇ ਹੋ ਮੈਂ ਜੀ ਮੈਂ ਸੱਤਵੀਂ 'ਚ ਫਾਟਿਆ ਆ ਇੱਥੇ ਜਦੋਂ ਤੁਸੀਂ ਸਕੂਲ ਪੜ੍ਹਦੇ ਆ ਜੀ ਕੋਈ ਤੋਂ ਹਿੰਦੂ ਤੁਹਾਨੂੰ ਮਾਸਟਰ ਪੜ੍ਹਾਈਂਦਾ ਹੈ ਨਹੀਂ ਜੀ ਜਿਸਲੇ ਅਸਾਂ ਪੜ੍ਹਿਆ ਨਾ ਇਹ ਸਾਰੇ ਉਹ ਆਪਣੇ ਉਦੋਂ ਆਏ ਹੋਏ ਹਨ ਅਤੇ ਅੱਛਾ ਉਹ ਮਾਸਟਰ ਹਨ ਠੀਕ ਯਾਨੀ ਕਿ ਹਿੰਦੂਆਂ ਤੁਹਾਨੂੰ ਕੋਈ ਨਹੀਂ ਪੜ੍ਹਾਇਆ ਨਹੀਂ ਹਿੰਦੂਆਂ ਦਾ ਪਤਾ ਹੀ ਕੋਈ ਨਹੀਂ ਸਾਨੂੰ ਹੁਸੈਨ ਮਾਸਟਰ ਅੱਲਾ ਜਾਣੇ ਅਤੇ ਉਹ ਹਾਂ ਚਲੋ ਬਾਬਾ ਜੀ ਬੜਾ ਬੜਾ ਸ਼ੁਕਰੀਆ ਮਿਹਰਬਾਨੀ ਜੀ ਆ ਇੱਥੇ ਤੁਹਾਡਾ ਘਰ ਹੈ ਜੀ ਤੁਹਾਡੇ ਨਾਨੇ ਦਾ ਜਿੱਥੇ ਨਿਸ਼ਾਨ ਦੇ ਬਾਈ ਹੋਣੀ ਕਰ ਰਹੇ ਆ ਸਾਹਮਣੇ ਵਾਲਾ ਅੱਛਾ ਠੀਕ ਹੈ ਕੰਨ ਇਹ ਗਲੀ ਚਲੀ ਗਈ ਦਰੋਟੇ ਖੂਹ ਨੂੰ ਅਤੇ ਇਹ ਗਲੀ ਚਲੇ ਗਏ ਗੰਜੀ ਵਾਲੇ ਖੂਹ ਨੂੰ ਇਹ ਰਾਹ ਜਾ ਰਹੇ ਅਤੇ ਇਹ ਤਾਂ ਕਿਵੇਂ ਜਿੱਥੇ ਹੁਣ ਨੇਮ ਲੱਗੀ ਹੋਈ ਤਾਂ ਕਿਵੇਂ ਇਹ ਹੱਥ ਹੈ ਸੀ ਤੁਹਾਡਾ ਨਾਨੇ ਦਾ ਤੁਹਾਡੇ ਨਾਨੇ ਦਾ ਠੀਕ ਹੈ ਜੀ
ਨਾਂ ਦੱਸੀ ਮੇਰਾ ਸੁਲਫਕਾਰ ਪਿਓ ਦਾ ਨਾਂ ਸਾਜਨ ਕੌਮ ਆਪਣੀ ਰਾਈਆ ਦਾਦਾ ਦਾਦਾ ਹੈ ਜਿਹਨਾਂ ਰਜੋ ਅੱਛਾ ਤਾਂ ਕਿਥ ਕਿਹੜੀ ਬਸਤੀ ਬੈਠਾ ਆ ਸ਼ਾਵਲ ਕੀ ਬਸਤੀ ਸ਼ਾਵਲ ਕੀ ਬਸਤੀ ਜੀ ਹਾਂ ਜੀ ਉੱਥੇ ਕੋ ਕਿਰਾੜ ਰਹਿੰਦੇ ਹਨ ਹਾਂਜੀ ਉੱਥੇ ਕੋ ਕਿਰਾੜ ਰਹਿੰਦੇ ਹਨ ਹਾਂ ਕਿਰਾੜ ਹਾਂ ਉਹ ਰਕਬਾ ਜਿਹੜਾ ਨਾ ਜੀ ਹਾਂ ਉਹ ਅਲਾਟ ਹੋ ਗਿਆ ਕਿਸੇ ਅੱਛਾ ਅਤੇ ਹੁਣ ਜਿਹੜੀ ਜਾ ਤਾਂ ਹੁਣ ਤੁਸੀਂ ਪੈਰ ਖਲੋ ਇੱਥੇ ਖਲੋਤਾ ਹੈ ਹਾਂਜੀ ਹਾਂਜੀ ਇਹ ਕਿਹੜਾ ਖੂਹ ਆ ਜੀ ਇਹ ਕਪੂਰ ਕਪੂਰਾ ਦਾ ਸਲੀਂਦਾ ਜੀ ਕਪੂਰਾ ਦਾ ਖੂਹ ਤੂੰ ਕਪੂਰਾ ਦਾ ਖੂਹ ਵਗਦਾ ਵੇਖਿਆ ਹੈ ਜੀ ਹਾਂ ਜੀ ਉਹ ਕਿੱਥੇ ਕਰਕੇ ਹੁੰਦਾ ਜੀ ਇੱਥੇ ਆ ਜੀ ਇੱਥੇ ਖੂਹ ਹੈ ਹੈਂ ਪਿੱਛਾ ਹੀ ਹੈ ਖੂਹ ਤੋਂ ਪਿੱਛਾ ਪਿੱਛਾ ਹੀ ਨਹੀਂ ਖੂਹ ਦੀ ਡਾਲ ਕਿੱਥੇ ਕਰਕੇ ਆਏ ਇੱਥੇ ਆ ਜੀ ਅੱਛਾ ਇੱਥੇ ਖੂਹ ਰਜਵਾਤ ਸ਼ਾਮਲ ਦੀ ਬਸਤੀ ਹੋ ਗਈ ਨਹੀਂ ਰਜਵਾ ਤਾਂ ਠੀਕ ਹੈ ਇਹ ਰਜਵਾ ਟੱਪ ਕੇ ਮੁੜ ਕਿਤੇ ਵੈਂਦਾ ਕੱਕੀ ਜਾਂਦਾ ਇਹ ਦੁਰੱਟੇ ਖੂਨ ਰਾ ਵੈਂਦਾ ਜੀ ਆ ਜੀ ਇਹ ਤਾਂ ਦੱਸ ਨਾ ਵੀ ਦੁਰੱਟਾ ਖੂਨ ਜੀ ਆ ਜੀ ਦੁਰੱਟੇ ਨੂੰ ਜਾਂਦਾ ਹੋਰ ਕਿਹੜੇ ਪਾਸੇ ਵੈਂਦਾ ਰਾ ਹੋਰ ਕੱਕੀ ਜਾਂਦਾ ਜੀ ਠੀਕ ਹੈ ਇਹ ਨਹਿਰ ਹੈ ਜਿਹੜੀ ਸ਼ਾਬਲ ਦੀ ਬਸਤੀ ਦੇ ਕੋਲੋਂ ਹੋ ਕੇ ਤੇ ਕੱਕੀ ਨੂੰ ਅਤੇ ਦੱਤ ਲੱਕ ਅਤੇ ਗੁੰਮਣ ਮਾੜੀ ਉਸ ਪਾਸੇ ਜਾਂਦਾ ਸਾਰੇ ਕੱਕੜ ਰਹਿੰਦੇ ਹਨ ਤੇ ਨਾਲ ਆਏ ਕੱਕੀ ਕੱਕੀ ਸਾਰੀਆਂ ਜਾਤਾਂ ਰਹਿੰਦੀਆਂ ਨਾਲ ਕੱਕੀ ਕਾਠੀਆਂ ਦੀ ਆਏ ਜਿਹੜੇ ਉੱਥੋਂ ਦੇ ਬਣੇ ਹੋਏ ਹਨ ਕਿਸਮ ਦੇ ਸਿਰਦਾਰ ਜਿਹੜੇ ਤੁਹਾਡੇ ਉੱਥੇ ਮਤਲਬ ਕੋਈ ਤੇਰੇ ਜਾਣ ਬਜਾਣ ਦੀ ਕੋਈ ਜਿਵੇਂ ਤੁਹਾਡੇ ਨਾਲ ਲਿਆ ਸਾਡੇ ਨਾਲ ਦੇ ਮਾਰਕਾ ਕੋਈ ਹਸਨ ਬਖਸ਼ੂ ਆਈ ਖੁਦੂ ਆਈ ਨਹੀਂ ਨਹੀਂ ਜਿਹੜੇ ਜਿਹੜੀ ਚੇਰੀਆਂ ਤੁਹਾਡੇ ਨਾਲ ਕੋਈ ਨਹੀਂ ਸਾਡੇ ਕੋਲ ਦਾ ਬਕਰਾ ਪਿੰਡ ਆਈ ਅਰੇ ਕੋਈ ਨਾਲ ਦਾ ਜਵਾਈ ਜਵਾਈ ਨਾ ਆਈ ਇੱਕ ਦਿਨ ਆਪਾਨੋ ਆਈ ਇਹ ਨਾ ਸਭ ਆਈ ਜਿਹੜੇ ਮੁਸਲਮਾਨਾਂ ਦੀਆਂ